ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। नशे का खात्मा करने दे वादे नाल सत्ता चाई कांग्रेस दे पुलिस प्रशासन दी कारगुजारी ते नशे दा कारोबार भारू पैंदा दिखाई दे रहा है। जी हां, भावे रोजाना नशे दी वध घट डोज करके नौजवान मौत दे मुंह विच जा रहे ने, परंतु छोटी मोटी बरामदगी तो इलावा पुलिस दे हाथ वड्डे मगरमच्छां दा ना लगना नशे दे व्यापार दा बदस्तूर जारी करन दा कारण बनिया होया। इसे तरह फिरोजपुर विखे CIA स्टाफ वालों 100 ग्राम हेरोइन नाल 3 नौजवानों नु काबू किया गया, परंतु किताबां जा कारोबार तो वांझे ए नौजवान किस माहौल विच नशे दे कारोबार नाल जुड़े हन, इस नु वाचना समय दी सरकार ते पुलिस प्रशासन लई अति जरूरी है। हेरोइन दी 100 ग्राम दी खेप नाल बरामद कीते 3 मुलजिमां दी गल करदियां CIA स्टाफ दे अधिकारियां ने कहा कि पुलिस नशे दे कारोबार नु नत्थ पाउण लई पूरी तरह सरगर्म है। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਨਸ਼ਾ ਕਿੱਥੋਂ ਤੇ ਕਿਵੇਂ ਲਿਆਇਆ ਜਾਂਦਾ ਸੀ। ਕੱਲ SI ਜਗਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ CIA ਦੇ ਦੌਰਾਨੇ ਗਸ਼ਤ ਬਲਦੇਵ ਸਿੰਘ ਦੇਬੋ, ਪੁੱਤਰ ਗੁਰਮੇਲ ਸਿੰਘ, ਸੁਭਾਸ਼ ਧੋਨੀ ਪੁੱਤਰ ਤੁੜਾ, ਮੇਸ਼ਾ ਪੁੱਤਰ ਰੰਗਾ, ਮੈਂ ਵੀ ਸਿੱਖਵਾ ਸਿੰਘ ਸ਼ੇਰ ਖਾਂ ਨੂੰ 93 ਅਗਸਤ ਕਾਬੂ ਕਰਕੇ ਇਹਨਾਂ ਦੇ ਕਬਜ਼ੇ 'ਚੋਂ 100 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ। ਮੁਕਦਮਾ ਨੰਬਰ 115 ਥਾਣਾ ਕੋਲਗੜੀ ਦਰਜ ਕੀਤਾ ਗਿਆ, ਤਫਤੀਸ਼ ਜਾਰੀ ਹੈ। ਇਹ ਵੇਚਦੇ ਵੇ ਇਹ ਜਿਹੜੀ ਲੈ ਕੇ ਆਏ ਵੇਚਦੇ ਵੇਚਦੇ ਤੇ ਕੋਈ ਵੇਚਣ ਵਾਲੇ ਦਾ ਨਾਮ ਲਿਤਾ? ਉਹ ਨਾਮ ਜ਼ਿਕਰ ਕੀਤਾ ਜੇ ਲੈ ਕੇ ਕਿੱਥੋਂ ਆਉਂਦੇ ਨੇ ਉਹ ਮੁੰਡਾ ਜਿਹੜਾ ਲੈ ਕੇ ਉਹ ਨਾਮ ਜ਼ਿਕਰ ਕੀਤਾ ਉਹਨੂੰ ਪੜਾ ਨਹੀਂ, ਮਤਲਬ ਕਿ ਇਹ ਆਪਾਂ ਸੋਚ ਸਕਦੇ ਆ ਵੀ ਇਹ ਇੰਟਰਨੈਸ਼ਨਲ ਬਾਰਡਰ ਤੋਂ ਜਿਹੜੀ ਆ ਰਹੀ ਵੇ ਕੀ ਇਹਨਾਂ ਦੇ ਸਿੱਧੇ ਸੰਬੰਧ ਹੋ ਸਕਦਾ? ਕੋਈ ਤਫਤੀਸ਼ ਤੋਂ ਜਾਣ ਪਤਾ ਲੱਗੂ। ਸਾਂਝ ਟੀਵੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।